ਹਰਸ਼ ਅੰਸ਼ੂ ਅਗੇ ਹਨੂ ਹਮੂ ਅੰਗਰੇਜ਼ੀ ਦੇਖੇ ਮੁੰਡੇ ਦੀ ਇਹ ਮਾੜੀ ਹੋਈ ਸਾਡੇ ਨਾਲ 14 ਤਰੀਕ ਵੈਲੈਂਟਾਈਨ ਡੇ ਅਲ ਖੇਲੀ ਨੇ ਹਾਂ ਕਰਤੀ ਲਓ ਵੀ ਬਾਬੇ ਹੋ ਆ ਗਿਆ ਆਪਣੇ ਕੋਲ ਆਈਫੋਨ ਬਈ ਆ ਵੀ ਕਲੋ ਲੈਤੀ ਹੈਲੋ ਯਾਰ ਸਤਿ ਸ਼੍ਰੀ ਅਕਾਲ ਤੇ ਵੈਲਕਮ ਬੈਕ ਟੂ ਦੀ ਚੈਨਲ ਉਮੀਦ ਕਰਦਾ ਸਾਰੇ ਵਧੀਆ ਹੋਗੇ ਬੜੇ ਦਿਨਾਂ ਬਾਅਦ ਡਾਇਲੋਗ ਬੋਲਿਆ ਡਾਇਲੋਗ ਕਿਆ ਬੋਲਿਆ ਹੀ ਨਹੀਂ ਬਲੌਗ ਵੀ ਨਹੀਂ ਬਣਾਇਆ ਪਾਣੀ ਪੀਏ ਬਾਕੀ ਹੁਣ ਮੇਰੀ ਤਿਆਰੀ ਹੈ ਖੇਡ ਦੀ ਕੱਲ ਨੂੰ ਬਸੰਤ ਪੰਚਮੀ 14 ਤਰੀਕ ਵੈਲੈਂਟਾਈਨ ਡੇ ਸਾਡਾ ਤਾਂ ਹੈ ਨਹੀਂ ਵੈਸੇ ਮੈਂ ਕਿਆ ਕਰਨਾ ਨਾ ਹਾਂ ਚਲ ਪੈਸੇ ਪੂਸੇ ਹੈਗੇ ਬਾਕੀ ਆਸ਼ਰਮ ਬਾਰ ਬਾਰ ਹਰਾ ਗਏ ਅਤੇ ਹੁਣ ਚਲੀਏ ਪਤੰਗ ਲੈਣੀ ਯਾਰ ਵੈਸੇ ਹੁਣ ਤਾਂ ਵੈਸੇ ਹੁਣ ਤਾਂ ਵੈਸੇ ਜਦ ਹੀ ਹੋ ਗਿਆ ਯੋ ਬਾਬੇ ਲੋ ਵੀ ਬਾਬੇ ਹੋ ਲਓ ਵੀ ਬਾਬੇ ਹੋ ਆ ਗਏ ਆਪਣੇ ਪਤੰਗ ਬਾਕੀ ਹੁਣ ਰੱਖਣੇ ਆਏ ਆ ਹੁਣ ਜਾ ਕੇ ਉਡਾਉਂਗੇ ਗੁਰੇ ਦੇ ਘਰ ਪਤੰਗ ਤੇ ਪਤੰਗ ਹੋਈ ਪਈ ਹੈ ਆ ਵੀ ਇੱਕ ਪਿਆ ਹਲੇ ਮੇਰੇ ਕੋਲ ਇਹਨਾਂ ਨੂੰ ਆਪਾਂ ਇਹਨਾਂ ਦੀ ਸਹੀ ਅਮਾਨਤ ਥਾਂ 'ਤੇ ਰੱਖ ਦਈਏ ਆਹ ਪਤੰਗ ਰੱਖੇ ਉੱਥੇ ਹੈ ਉੱਥੇ ਰੱਖਤੇ ਉੱਪਰ ਤਾਂ ਕਿ ਚੂਹਾ ਨਾ ਤੰਗ ਕਰੇ ਕਿਉਂਕਿ ਚੂਹਾ ਬਾਹਲੀ ਤੰਗ ਕਰਦਾ ਇੱਕ ਚੜਖੜੀ ਚੱਕ ਲਵਾ ਉੱਥੇ ਜਾ ਕੇ ਹੁਣ ਉਡਾਵਾਂਗੇ ਥੋੜ੍ਹੀ ਬਹੁਤੀ ਚੜਖੜੀ ਪੁਰਾਣੇ ਸਾਲ ਦੀ ਡੋਰ ਪਈ ਹੈ ਉਹਦੇ ਨਾਲ ਵਧੀਆ ਉਡਾਅ ਉਡੂ ਹੋਈ ਜਾਂਦੇ ਮੈਂ ਕਦਰ ਨੂੰ ਪਾਸੋਂ ਸੰਡੇ ਨੂੰ ਵੀ ਵਧੀਆ ਉਡਾਅ ਹੋ ਗਏ ਅਤੇ ਪੇਚੇ ਵੀ ਵਧੀਆ ਲੱਗੇ ਐਵੇਂ ਜਸ਼ਨ 'ਤੇ ਚੱਲੇ ਅਸੀਂ ਅੰਮੀ ਭਾਵੇਂ ਦੋ ਜਗ੍ਹਾ ਚੱਲੇ ਹਾਂ ਹਾਂਜੀ ਲਓ ਵੀ ਬਾਬੇ ਹੋ ਆਹ ਸੰਡੇ ਦੇ ਰੱਖੇ ਹੋਏ ਪਤੰਗ ਬਾਕੀ ਹਵਾ ਵੀ ਅੱਜ ਵਧੀਆ ਕਿਲੋਮੀਟਰ ਪਹਿਲਾਂ ਉੱਡ ਰਿਹਾ ਤੁਹਾਨੂੰ ਉਹ ਵੀ ਨਹੀਂ ਦਿਖ ਰਿਹਾ ਹੈ ਅੱਬੇ ਕਿੱਥੇ ਲੰਘ ਗਿਆ ਪਤਾ ਹੀ ਇੱਧਰ ਜੇ ਨੂੰ ਉੱਡ ਰਿਹਾ ਤਾਂ ਅੱਜ ਇੱਧਰ ਦੀ ਹਵਾ ਹੈ ਵਧੀਆ ਹੈ ਪੜਾ ਹੋ ਜੂੰਗਾ ਹਾਂ ਓਏ ਖੜ ਜਾ ਸੋਹਣਾ ਪਤੰਗ ਦਿੱਤਾ ਬਣਾਇਆ ਬਣਾਇਆ ਨੀ ਮੈਂ ਤਾਂ ਕਰਕੇ ਕਿਉਂਕਿ ਇੱਕ ਤਾਂ ਅੱਜ ਹੈ ਵੀ ਨੀ ਇੰਨਾ ਖਾਸ ਜੇ ਅੱਜ ਰਿਕਾਰਡ ਕਰ ਲਿਆ ਫਿਰ ਉੱਥੇ ਕੱਲ ਨੂੰ ਕਿਆ ਕਰਦਾ ਬਾਕੀ ਇੰਨਾ ਕੁਛ ਖਾਸ ਨਹੀਂ ਕਰਿਆ ਵੀ ਨਹੀਂ ਦੋ ਤਿੰਨ ਪਤੰਗ ਉਡਾਏ ਵਧਾਏ ਕਟਾਏ ਪਟੇ ਪੁਟੇ ਜੇ ਐਵੇਂ ਹੀ ਤੇ ਕਿਉਂਕਿ ਅਸੀਂ ਪਤੰਗ ਹੋਈ 'ਤੇ ਲੈ ਕੇ ਆਏ ਤਾਂ ਥੋੜ੍ਹੇ ਬਹੁਤ ਇਹੋ ਜਿਹੇ ਉੱਤੇ ਪਤੰਗ ਜੇ ਬਾਕੀ ਕੱਲ੍ਹ ਨੂੰ ਆਪਣਾ ਮੇਨ ਕੋਲੇਜ ਮਾਂ ਵੀ ਹੈਗਾ ਹੈ ਉੱਥੇ ਕੱਲ੍ਹ ਨੂੰ ਸਰਸਵਤੀ ਪੂਜਾ ਵੀ ਹੈ ਕੋਲੇਜ ਮਾਂ ਅਤੇ ਕਾਈਟ ਫਲਾਇੰਗ ਕੰਪੀਟੀਸ਼ਨ ਵੀ ਹੈ ਬਟ ਕੱਲ੍ਹ ਨੂੰ ਮੈਂ ਜਾ ਨਹੀਂ ਰਿਹਾ ਆਪਣਾ ਬਸੰਤ ਪੰਚਮੀ ਵੀ ਮਨਾਉਂਗੇ ਉਰੇ ਵੀ ਸਵੇਰ ਦਾ ਆਪਣਾ ਹੁੰਦਾ ਹੀ ਹੈ ਜਿਵੇਂ ਆਪਣਾ ਗੁਰਦੁਆਰੇ ਮੱਥਾ ਟੇਕਿਆ ਅਤੇ ਬਾਕੀ ਦੁਪਹਿਰ ਦਾ ਆਪਣਾ ਟਾਈਮ ਸੈੱਟ ਹੋ ਗਿਆ ਯੋ ਬੰਗੀ ਬ੍ਰੋ ਕੀ ਹਾਲ ਚਾਲ ਵਧੀਆ ਆ ਜਾ ਮਾੜਾ ਖੇਡ ਜਾ ਕੇ ਆਉਣਾ ਬਾਬੇ ਸਵੇਰੇ ਸਵੇਰੇ ਆਹ ਫਾਈਲ ਫੜ ਲਾ ਯਾਰ ਸਾਂਭ ਰੱਖਣੀ ਆ ਸਵੇਰੇ ਸਵੇਰੇ ਕੰਮ ਪਏ ਵੀ ਹਲੇ ਮੈਂ ਉਹਨੂੰ ਸਵੇਰੇ ਉੱਠਣ ਨੂੰ ਮੈਂ ਪਹਿਲਾਂ ਲੇਟ ਹੋ ਗਿਆ ਹੁਣ ਬਾਅਦ ਕੰਮ ਆਏ ਵੀ ਆਪਾਂ ਛੇਤੀ ਛੇਤੀ ਨੂੰ ਬੈਠ ਕੇ ਫਿਰ ਵੱਲੋਂ ਮੱਝੇ ਜਾਂਦੇ ਹੈਪੀ ਨਾਲ ਮੋਟਰਸਾਈਕਲ ਚੱਕ ਲਓ ਪਹੁੰਚ ਗਏ ਉਹ ਵੀ ਬਾਬੇ ਹੋ ਗਿਆ ਆਪਣਾ ਕੰਮ ਫੋਟੋ ਸੈੱਟ ਕਰਾਉਣ ਆਏ ਤੇ ਸਪੈਸ਼ਲ ਮੁੰਡੀ ਖਰੋੜ ਤਾਂ ਗਰੜ ਆਪਾਂ ਫੋਟੋ ਸੈੱਟ ਕਰਾਉਣ ਆਏ ਆਹ ਬੜੀ ਯਾਰ ਬਾਕੀ ਅੱਜ ਬੰਗੀ ਮੇਰਾ ਗਿਆ ਨਹੀਂ ਤੂੰ ਵੈਲੈਂਟਾਈਨ ਹੈ ਅੱਜ ਕੋਈ ਨਹੀਂ ਜਾਊਂਗੇ ਸ਼ਾਮ ਨੂੰ ਜਾਊਂਗੇ ਬਾਕੀ ਹੁਣ
ਬਾਜ਼ਾਰ ਦੀ ਬੜੀ ਮੋਟੀ ਰੌਣਕ ਜੀ ਦੇਖ ਕੇ ਨਾਲ ਮੈਂ ਹਰਮੀਤ ਦਾ ਦੋਸਤ ਸੋਚਦਾ ਜੀ ਉਹਨੂੰ ਫੋਨ ਕਰਕੇ ਪੁੱਛਿਆ ਜੀ ਨਾ ਫੋਨ ਦੇ ਦਿਓ ਜੀ ਆਪਣਾ ਬਾਕੀ ਲੰਘੀ ਹੁਣ ਬੱਲੂ ਮਾਜੇ ਦੀ ਤਿਆਰੀ ਹੈ ਨਾਨੂ ਨੂੰ ਪਹਿਲਾਂ ਸਕੂਟਰੀ ਦਈਏ ਬਾਕੀ ਯਾਰ ਪਿੱਛੇ ਆ ਸਰਸਵਤੀ ਪੂਜਾ ਦੇਖ ਕੇ ਮੈਨੂੰ ਆਪਣੇ ਕੋਲ ਦੀ ਯਾਦ ਹੋ ਗਈ ਕੱਲ੍ਹ ਦੇ ਰਮਨ ਅਤੇ ਬਾਕੀ ਉਹਦਾ ਗਰੁੱਪ ਰਮਨ ਅਨਮੋਲ ਯੁਵਰਾਜ ਇਹ ਸਾਰੇ ਦੋਸਤ ਨਾਲ ਲੱਗੇ ਹੋਏ ਤਿਆਰੀ ਕਰਨ ਪਹਿਲਾਂ ਤਾਂ ਪਰਮਿਸ਼ਨ ਲਈ ਗਏ ਕਾਲਜ ਵਾਲਿਆਂ ਤੋਂ ਬਾਕੀ ਅੱਜ ਸਰਸਵਤੀ ਪੂਜਾ ਉਹਦੇ ਕਰਕੇ ਇਹਨਾਂ ਨੇ ਚੰਗੀ ਮਿਹਨਤ ਕਰੀ ਆ ਕੱਲ੍ਹ ਵੀ ਮੈਨੂੰ ਫੋਨ 'ਤੇ ਫੋਨ ਆ ਰਿਹਾ ਜਾਂ ਮੈਂ ਖੈਰ ਪਤੰਗ ਲੈਣ ਆਇਆ ਤਾਂ ਬਾਕੀ ਹੁਣ ਡਰਾਈਵ ਕਰਨੀ ਚਲਾ ਰਹੀ ਹੈ ਬਾਈ ਸਕੂਟਰ ਦਾ ਮਿਲਦਾ ਆਪ ਨੂੰ ਆਪਣੇ ਆਪ 'ਤੇ ਭਰੋਸਾ ਨਹੀਂ ਹੁੰਦਾ ਮੈਨੂੰ ਮੇਰੀ ਕਦੀ ਸਮਝ ਨਹੀਂ ਆਉਂਦੀ ਜਿੱਦਾਂ ਕਿ ਕੰਮ ਹੁੰਦੇ ਉੱਦਾਂ ਲਗਾਤਾਰ ਹੀ ਹੁੰਦੇ ਨਹੀਂ ਤਾਂ ਮੈਂ 11-12 ਵਜੇ ਤੱਕ ਸੁੱਤਾ ਪਿਆ ਰਹਿੰਦਾ ਬਾਕੀ ਹੈਪੀ ਦੇ ਘਰ ਆ ਗਿਆ ਮੋਟਰਸਾਈਕਲ ਚੱਕੀਏ ਫਿਰ ਮੈਨੂੰ ਪੁੱਛਾਂ ਜੇ ਇਹਨੇ ਜਾਣ ਇਹਨੇ ਤਾਂ ਸ਼ਾਇਦ ਜਾਣਾ ਨਾ ਹੋਵੇ ਮੈਂ ਫਿਰ ਵੀ ਪੁੱਛ ਲੂੰਗਾ ਸਕੂਟਰੀ ਤਾਂ ਕੱਢੀ ਨਹੀਂ ਮਤਲਬ ਪਾਪਾ ਘਰੇ ਨਹੀਂ ਹੈਗੇ ਤਾਂ ਮਾਈਟ ਵੀ ਹੀ ਇਜ਼ ਨੋਟ ਗੋਇੰਗ ਵੀ ਦੱਸ ਅੰਗਰੇਜ਼ੀ ਦੇਖਿਆ ਮੁੰਡੇ ਦੀ ਬਾਕੀ ਸਕੂਟਰੀ ਲਈ ਚਾਬੀ ਦੇ ਦਈਏ ਯਾਰ ਆਈ ਮੀਨ ਮੋਟਰਸਾਈਕਲ ਦੀ ਅੰਮੂ ਡੋਨ ਸਟੋਕ ਇਕੱਠਾ ਕਰਿਆ ਵਾ ਹੈ ਉੱਪਰ ਵੀ ਪਿਆ ਬਾਜੂ ਤਾਂ ਯਾਰ ਕਾਪੀ ਰਾਈਟ ਪਵਾਉਂਗਾ ਉਹ ਵੀ ਬਾਬੇ ਲੈਟਸ ਗੋ ਇੱਕ ਮਿੰਟ ਫੜੀ ਯਾਰ ਕਲੱਚ ਪਾ ਲਈਏ ਹਾਂ ਬਾਬੇ ਫਾਈਨਲੀ ਮੌਕਾ ਮਿਲ ਗਿਆ ਹੁਣ ਬੱਲੂ ਮੱਜੇ ਜਾਣਾ ਮੱਥਾ ਟੇਕਣ ਜਾਂਦਾ ਹੁੰਦਾ ਸਾਡੇ ਉੱਥੇ ਵੈਸੇ ਦਾ ਉਹੀ ਹੁਣ ਮੱਥਾ ਟੇਕਦੇ ਮਾੜਾ ਮੋਟਾ ਘੁੰਮ ਫਿਰ ਕੇ ਛੇਤੀ ਜਾਣਾ ਜੀ ਕਿਉਂਕਿ ਸਭ ਨੂੰ ਮੈਂ ਟਾਈਮ ਦੇ ਜਾਵਾਂ 3 ਵਜੇ ਤੱਕ ਮੈਂ ਉਹਨਾਂ ਕੋਲ ਪਹੁੰਚ ਜੂੰਗਾ ਬਾਕੀ ਦੇਖਦੇ ਇੰਨੇ ਟਾਈਮ ਤੱਕ ਪਹੁੰਚ ਹੁੰਦਾ ਜਾਂ ਨਹੀਂ ਉਹ ਵੀ ਮਾਲਕੋ ਪਹੁੰਚ ਗਏ ਗੁਰਦੁਆਰਾ ਬੱਲੂ ਮੱਜੇ ਦੇ ਗੁਰਦੁਆਰੇ ਆ ਹੇਠਾਂ ਸਵਾਮੀ ਜੀ ਦਾ ਏ ਉੱਪਰ ਗੁਰਦੁਆਰਾ ਏ ਕਾਫੀ ਗੱਲ ਤੋਂ ਆ ਰਹੇ ਬਟ ਇੰਨਾ ਕਦੀ ਡਿਟੇਲ ਮੈਂ ਦੱਸਿਆ ਨਹੀਂ ਤਾਂ ਵੈਸੇ ਉਧਰਲੇ ਪਾਸੇ ਗੁਰਦੁਆਰਾ ਏ ਦਿਖ ਨਹੀਂ ਰਿਹਾ ਬਾਕੀ ਹੱਥ ਪੈਰ ਧੋ ਕੇ ਹੁਣ ਪਹਿਲਾਂ ਮੱਥਾ ਟੇਕ ਲਈਏ ਲੋ ਵੀ ਬਾਬੇ ਉਹ ਮੱਥਾ ਟੇਕ ਲਿਆ ਹੁਣ ਬਸ ਮਾੜਾ ਮੋਟਾ ਘੁੰਮ ਫਿਰ ਕੇ ਗੇੜਾ ਜਿਹਾ ਕੱਢ ਰਹੇ ਮੇਲਾ ਦੇਖ ਰਹੇ ਤੇ ਉਸ ਤੋਂ ਬਾਅਦ ਪਤੰਗ ਤਾਂ ਆਪਣਾ ਲੈ ਗਏ ਮੇਰੇ ਘਰ ਰੱਖੇ ਹੋਏ ਤੇ ਬਾਕੀ ਉੱਥੇ ਜਾ ਕੇ ਦਿਖਾਊਂਗਾ ਕਿੰਨੇ ਕਿਆ ਲੈ ਕੇ ਆਏ ਤੇ ਕੱਲ੍ਹ ਜਿਹੜੇ ਲੈ ਕੇ ਆਏ ਤਾਂ ਆਪਣਾ ਸਟੈਚ ਰੱਖਿਆ ਤਾ ਬਾਕੀ ਇਹ ਮੈਂ ਬਲੌਗ ਐਵੇਂ ਬਣਾਉਂਦਾ ਕਿ ਮੈਂ ਪਾ ਅੱਜ ਦੇਣਾ ਹੈ ਪਰ ਹੁਣ ਤਾਂ 2 ਦਿਨ ਦਾ ਮੈਚ ਹੀ ਆ ਇਹ ਬਾਕੀ ਆ ਬਲੌਗ ਮੈਂ ਥੋੜ੍ਹੀ 2-3 ਜਗ੍ਹਾ ਕੁਆਲਿਟੀ ਇੱਧਰ ਉੱਪਰ ਹੇਠਾਂ ਹੋਊਂਗੀ 3-4 ਫੋਨਾਂ 'ਤੇ ਬਣ ਰਿਹਾ ਬਲੌਗ ਕਿਉਂਕਿ ਫੋਨ ਮੈਂ ਇੰਨੀ ਹੈ ਨਹੀਂ ਸਟੋਰੇਜ ਦੀ ਵੀ ਨਹੀਂ ਹੈਗੀ ਨਾਲੇ ਐਡਿਟ ਕਰਨਾ ਇਹਦਾ ਮੈਂ ਬਹੁਤ ਔਖਾ ਹੁੰਦਾ ਮੈਨੂੰ ਆਦਤ ਹੈ ਸੜੀ ਮੈਂ ਤਾਂ ਚੱਕ ਕੇ ਮਿਲ ਗਿਆ ਉਹ ਉਨੇ ਹੈ ਹਨਾ ਕੱਚੀ ਡੋਰ ਹੈ ਲਪੇ ਇਸ ਉਹ ਡੋਰ ਤਾਂ ਗਿਰ ਦੇ ਤੋੜ ਕੇ ਚਾਹੇ ਨਾ ਸਾਈਡ ਮੁਕੇ ਕਰਕੇ ਇਕੱਠੀ ਜੀ ਕਰਕੇ ਗਿਰਦੇ ਬਈ ਆ ਵੀ ਕਲੋ ਲੈਤੀ ਉੱਤੇ ਤੇ ਮੋੜਿਆ ਗੱਡੀ ਕੋਲ ਤੇ ਮੋਟਰਸਾਈਕਲ ਵਟ ਡੂ ਯੂ ਮੀਨ ਬਾਈ ਡੀਗਾ ਮੇਰਾ ਦੋਸਤ ਦੇਖਦਾ ਇਹ ਡੀਗਾ ਉਹ ਬ੍ਰੋ ਆ ਗਿਆ ਅੱਜ ਦਿਨ ਦਾ ਪਹਿਲਾ ਪਤੰਗ ਆਪਣੇ ਘਰ ਉਮੀਦ ਕਰਦਾ ਪਤੰਗ ਵਧੀਆ ਲੱਗਿਆ ਹੋਊਗਾ ਨੈਵਰ ਡਾਈ ਆ ਗਿਆ ਲੱਗਿਆ ਵਾ ਹਰਸ਼ ਅੰਸ਼ੂ ਆ ਕਿਆ ਹਨੂ ਹਾਮੂ ਹਰਮਨ ਭਈਆ ਦੇਖ ਕਿਆ ਸੋਹਣਾ ਲਿਖਿਆ ਵਾ ਆ ਹਰਮਨ ਨਾਲ ਉਡਾ ਰਹੇ ਹੁਣੇ ਲੱਗਦਾ ਹਾਂ ਉਹਨਾਂ ਦੀ ਉਡੋਰ ਹੈ ਇਹ ਬਾਈਕ ਲਓ ਵੀ ਬਾਬੇ ਹੋ ਆ ਗਿਆ ਆਪਣੇ ਕੋਲ ਆਈਫੋਨ ਅਤੇ ਇੱਧਰ ਮੋਟਾ ਵੀ ਆ ਗਿਆ ਬਈ ਇਹ ਬੜਾ ਪਿੱਛੇ ਪਿਆ ਇਹ ਛੋਟ ਪਹਿਲਾਂ ਨਾ ਜਦੋਂ ਇੱਧਰ ਆਉਣਾ ਦੋ ਦੇ ਘਰ ਇਹਨੇ ਬੜਾ ਪਿੱਛੇ ਪੈਣਾ ਹੁਣ ਵੀ ਨਾ ਪੈ ਜਾਵੇ ਆਹੀ ਡਰ ਬਾਕੀ ਇੱਧਰ ਹੈ ਗਲੀ ਮੈਂ ਫਿਰ ਨਹੀਂ ਕੁਛ ਕਹਿੰਦਾ ਹੋਰ ਕਿਆ ਹਾਲ ਹੈ ਚੱਲ ਹੋ ਜਾ ਚਾ ਹੁਣ ਚੱਲੀ ਉੱਥੇ ਆਇਆ ਫਿਰ
ਚੱਲ ਓ ਚਾ ਤੂੰ ਆ ਰਿਹਾ ਫਿਰ ਸਪੀਕਰ ਚੱਕ ਆ ਜਾ ਫਿਰ ਟਾਈਮ ਵਾਲਾ ਨੂੰ ਬਰਬਾਦ ਕਰਨਾ ਹੋਰ ਚੱਲੀਏ ਇਹਦੇ ਮਗਰ ਬਈ ਕੰਮ ਕੁੰਮ ਉਹ ਲੋਗ ਇਨ ਉੱਥੇ ਲੋਗ ਆਊਟ ਫਿਰ ਅਰਸ਼ ਜਸ਼ਨ ਦੇ ਘਰੇ ਕਰ ਲਈ ਹੋ ਜਾ ਯਾਰ ਹਾਂ ਚੱਲ ਤਾਂ ਬਾਬੇ ਗਰਮੀ ਅੱਜ ਥੋੜ੍ਹੀ ਉੱਪਰ ਕੋਠੇ ਪਰ ਲੱਗ ਰਹੀ ਹੈ ਤਾਂ ਉਹੀ ਸ਼ਰਟ ਲੈਣ ਆਏ ਤੇ ਓਕੇ ਹੁਣ ਚੱਲੀਏ ਹੁਣ ਤਾਂ ਆਪਣਾ ਮੇਨ ਕੰਮ ਕਾਰ ਸ਼ੁਰੂ ਹੋ ਜਾਣਾ ਪਤੰਗ ਉਡਾਉਂਦਾ ਯੋ ਬਾਬੇ ਹਲ ਸ਼ਰਟ ਆਇਆ ਕਿੱਦਾਂ ਦੀ ਬਾਬੇ ਠੀਕ ਕਿੰਨੇ ਵੱਡੀ ਪਤਾ ਹੀ ਹੋਈ ਆ ਬਈ ਇਹਦਾ ਮੇਨ ਆਪਣਾ ਚੀਜ਼ ਭੁੱਲ ਗਏ ਤੇ ਬਾ ਉਹ ਲੈਣ ਆਏ ਆ ਬਾਕੀ ਇੱਕ ਪਤੰਗ ਹੀ ਆਇਆ ਹੈ ਹੋਰ ਇਕੱਠੀ ਕਰਕੇ ਆਪਾਂ ਸਾਈਡ 'ਤੇ ਰੱਖ ਦੇਣਾ ਕੱਲ੍ਹ ਪਾਸੋਂ ਨੂੰ ਦੇਖੂਗੇ ਜੇ ਟਾਈਮ ਲੱਗਿਆ ਤਾਂ ਇਹਨੂੰ ਉਡਾ ਲੂੰਗੇ ਕਿੱਧਰ ਗਿਆ ਡੋਰ ਤੁਹਾਨੂੰ ਮਾਤਾ ਦੇ ਪੈਰਾਂ 'ਚ ਲੱਗ ਜਾਏ ਬਈ ਮੋਟਾ ਨਾਲ ਆਇਆ ਤਾਂ ਉਹ ਤਾਂ ਵਿਲੁਪਤੇ ਹੋ ਗਿਆ ਬਾਕੀ ਹੁਣ ਚੱਲੀਏ ਹੁਣ ਜਾ ਕੇ ਉਡਾਈਏ ਸਵੇਰ ਦਾ ਹੱਥ ਨਹੀਂ ਲਾਇਆ ਪਤੰਗਾਂ ਨੂੰ ਯੋ ਬਾਬੇ ਸਾਡਾ ਸਟੈਕ ਪਿਆ ਹੋ ਰਿਹਾ ਹਲੇ ਰੁਲੀ ਫਿਰੀ ਜਾ ਰਿਹਾ ਕੋਲ ਨਹੀਂ ਰਿਹਾ ਤੇਰੇ ਜੇ ਆਪਣੇ ਕੋਲੇ ਰੱਖੀ ਪਾਸੇ ਹੋ ਫਿਰ ਆ ਕਰ ਲਈ ਜਦ ਤੱਕ ਸੈੱਟ ਆਉਂਦੇ ਅਸੀਂ ਬਾਬੇ ਹੋ ਲੈਣ ਚੱਲੇ ਅਸੀਂ ਆਪਣੇ ਮੁੱਖ ਮਹਿਮਾਨ ਨੂੰ ਜਿਨ੍ਹਾਂ ਦਾ ਆਪਾਂ ਨੂੰ ਫੋਨ ਦਿੱਤਾ ਹੈ ਉਹਨਾਂ ਦੀ ਬੜੀ ਮਿਹਰਬਾਨੀ ਹੈ ਇਹ ਲਈ ਬਲੌਗ ਲਈ ਬੜਾਇਆ ਓਏ ਉਰੀ ਗਿਰਿਆ ਹੋਣਾ ਜਾ ਹੈਪੀ ਲੈ ਕੇ ਆ ਓਏ ਉਹ ਹੈਪੀ ਲੈ ਕੇ ਆ ਜਾ ਚੱਕ ਲਿਆ ਦੇ ਮਿੱਤਰਾਂ ਦੇ ਕੇਸ ਓਏ ਆਇਆ ਆਇਆ ਲੈ ਬੜਾ ਲਿਆ ਡੋਰ ਚਲੋ ਬਾਅਦ ਚੜਾਉਂਦੇ ਆਪਾਂ ਹੁਣ ਉਹ ਲੱਗੇ ਵੀ ਉੱਥੇ ਕੋਠੇ ਦੇ ਉੱਤੇ ਤੇ ਲੈਟਸ ਸੀ ਵਾਟ ਹੈਪਨ ਬ੍ਰੋ ਘੰਟੇ ਦੇ ਲੱਗੇ ਵੀ ਆ ਪਰ ਚਾਲੂ ਹੀ ਨਹੀਂ ਹੋ ਰਹੇ ਸਪੀਕਰ ਤਾਂ ਹੁਣ ਮੈਂ ਆਪਣੀ ਵਾਲੀ ਤਾਰ ਬਦਲ ਕੇ ਦੇਖ ਲਈ ਇੱਕ ਵਾਰੀ ਕੌਣ ਲੈਣ ਚੱਲੇ ਹੋਣ ਲੈਟਸ ਗੋ ਅਗਰ ਚੈੱਕ ਕਰੀਏ ਚੱਲਦਾ ਹੈ ਓ ਲੈ ਆਏ ਹੋਰ ਤਾਰੇ ਖਰਾਬ ਐ ਨਹੀਂ ਦੇ ਦੇ ਚੱਲ ਪਿਆ ਦੇ ਤਾਰ ਬਦਲੀ ਕਿੰਨੀਆਂ ਸੋਹਣੀਏ ਬਾਬੇ ਉੱਥੇ ਪਲੇਲਿਸਟ ਆਪਣੇ ਹਿਸਾਬ ਨਾਲ ਲਾ ਲਾ ਯਾਰ ਇਹਦੇ ਮੈਂ ਚੱਲਦੇ ਨਹੀਂ ਇੰਨੇ ਵਧੀਆ ਗਾਣੇ ਬੋ ਲੋ ਬੋ ਮੋੜੇ ਕਰਿਆ ਕਿਸੇ ਦਾ ਬੋ ਕਿੱਕ ਮਿੰਟ ਵੱਡਿਆ ਆਉਂਦੇ ਚੱਲ ਆ ਜਾ ਆ ਜਾ ਆ ਜਾ ਆ ਜਾ ਟੇਪ ਲਾ ਲੂੰਗੇ ਉਹ ਬਾਬੇ ਅੱਖ ਲੋ ਲੇ ਉਹ ਬਾਬੇ ਤਲਾਵਾ ਦੇ ਕੇ ਦੀਆ ਪੀਜੇ ਪਰ ਜ਼ਿਆਦਾ ਨਹੀਂ ਹੋ ਜਾਣੇ ਪੀਜੇ ਖੜ ਜਾ ਇੱਕ ਮਿੰਟ ਓਏ ਖੜ ਜਾ ਇੱਕ ਮਿੰਟ ਰੋਕ ਲੈ ਹੈਪੀ ਰੋਕ ਸੋ ਮੇਰੇ ਕੋਲ ਛੇ ਸੌ ਹੋ ਗਿਆ ਬਾਕੀ ਬਣੋ ਸਵੇਰ ਦਾ ਬਾਬੇ ਹੁਣ ਫੋਨ ਚੱਕਿਆ ਮਾੜਾ ਮੋਟਾ ਚਲਾਈਏ ਸਵੇਰੇ ਫੋਟੋ ਪਾਈ ਤੀ ਉਹ ਚੈੱਕ ਕਰੀਏ ਕਿਆ ਆ ਉਹਦਾ ਫੋਨ ਜਾ ਬੋਲ ਤਾਂ ਹੋ ਨਹੀਂ ਰਿਹਾ ਪਤਾ ਨਹੀਂ ਕਿਹਦਾ
ਬਾਈ ਥੋੜੀ ਦੇਰ ਰੱਖਾਂ ਤੋਂ ਐਨਕਾਂ ਲਾਈਆਂ, ਕੁਛ ਨੀ ਦਿਖਿਆ 2 ਮਿੰਟ ਲਈ ਤਾਂ ਪੇਟੀ ਦੇ ਕੱਟੀ ਬਣਾਈ ਹੋਈ ਸਾਰੇ ਦੇ ਗੋਰੇ ਨੂੰ ਕਹਿ ਕੱਢ ਗੱਡੀ ਅੱਜ ਖਾਣ ਪੀਣ ਦਾ ਇੰਤਜ਼ਾਮ ਕਰ ਦਿੱਤੇ, ਖਾਣ ਦਾ ਇੰਤਜ਼ਾਮ ਹੋ ਗਿਆ, ਹੁਣ ਪੀਣ ਦਾ ਇੰਤਜ਼ਾਮ ਕਰਨ ਚੱਲੇ ਆ। ਕੋਲਡ ਡਰਿੰਕ ਤੂੰ ਕਿੱਧਰ ਨੂੰ ਮੋੜੀ ਆ ਰਿਹਾ? ਇੱਥੇ ਰੋਕ, ਇੱਥੇ ਰੋਕ, ਹਾਂ ਇੱਥੇ ਇੱਥੇ। ਹਾਂ ਬਾਬੇ ਪੀ ਲਈ ਆਪਾਂ ਨੇ ਲਈ ਥਮਸ ਅਪ ਦੀ ਬੋਤਲ, ਇਹ ਮੁੰਡਾ ਬੜਾ ਕਾਲੀ ਕਰਦਾ। ਮੈਂ ਆਉਂਦਾ ਬਾਬਾ ਤੁਸੀਂ ਪਤੰਗ ਘੱਟ ਫੁੱਟ ਗਏ ਗਏ, ਆਪਣੇ ਵਾਲਾ ਕੋਈ ਦਿਖ ਵੀ ਨਹੀਂ ਰਿਹਾ ਮੇਰੇ ਖਿਆਲ ਤੇ, ਖਾਣ ਪੀਣ ਛੇਤੀ ਲੈ। ਓ ਵਾਜੀ ਵਾ, ਦੋ ਤਿੰਨ ਘਰ ਨੂੰ ਲੈ ਕੇ ਜਾਓ। ਲਓ ਵੀ ਬਾਬੇ ਸ਼ਾਮ ਨੂੰ ਪਾਰਟੀ, ਮੈਗੀ ਪਾਰਟੀ ਮੇਰੇ ਵੱਲੋਂ। ਪਹਿਲੇ ਵਾਰ ਕੀ ਫੀਲ ਨਹੀਂ ਆਉਂਦੀ, ਬੋਲ ਇੱਕ ਵਾਰੀ ਵਾ ਚੱਕ ਲਓ। ਉਹ ਕਿੰਨੇ ਪਾਦੇ ਸਾਰੇ ਆਏ ਕਰਕੇ ਆ ਜਿਮ ਦੇ, ਅੱਜ ਜਿਮ ਨੀ ਜਾਣਾ, ਉਹਦੇ ਘਰੇ ਜਿਮ ਲਾ ਦੇਣੀ। ਟਲ ਜੋ ਟਲ ਜੋ, ਲੱਛਣ ਠੀਕ ਨੀ ਲੱਗਦੇ ਤੁਹਾਡੇ, ਆ ਦੇ ਕਹਿੰਦੇ ਤਾਂ ਬਿਲਕੁਲ ਨੀ ਲੱਗਦੇ। ਚੱਕ ਲੈ ਡੋਰ ਪੁਰਾਣੇ ਵਾਲੀ। ਓ ਬਈ ਆ ਵੀ ਬਾਬੇ ਕੋਈ ਸਮਾਪਤੀ। ਓ ਕਿੱਧਰ? ਓ ਦੇ ਸ਼ਿਕਾਰੀ ਖਾਣ ਚੱਲੇ ਹੁਣ, ਉਹੀ ਹੋਰ ਲਿਆਂਦੇ ਪਤੰਗ ਪੋੜਾ ਦਿੰਦੇ, ਸਾਡਾ ਕਾਹਨੂੰ ਦਬੱਲਿਆ ਦਾ, ਸਾਡਾ ਦਬੱਲਣ ਤਾਂ ਬਾਬੇ ਪਤੰਗ ਥੋੜ੍ਹੇ ਬਹੁਤ ਲਿਆ, 5 ਕਿਲੇ ਗਏ ਆਏ, 6 ਲਏ ਤੇ ਪਹਿਲਾਂ ਮੋਟੇ ਨੂੰ ਦਿੱਤਾ, ਬਾਕੀ ਥੱਕ ਵਾਲੇ ਗਏ। ਹੁਣ ਵੀਡੀਓ ਐਡਿਟ ਕਰਨ 'ਤੇ ਲਾਊਂਗਾ, ਕਿਉਂਕਿ ਕੱਲ੍ਹ ਜਾਂ ਪਰਸੋਂ ਨੂੰ ਮੈਂ ਫੋਨ ਵਾਪਸ ਵੀ ਕਰਨਾ ਆ, ਨਾਲੇ ਦੇਖਦੇ ਹੋਰ ਕਿਆ ਬਣਦਾ। ਹੁਣ ਤਾਂ ਮੇਰਾ ਬਿਲਕੁਲ ਦਿਲ ਨਹੀਂ ਹੈ, ਇੱਕ ਤਾਂ ਹਵਾ ਵੀ ਨਹੀਂ ਸੈੱਟ ਹੈਗੀ, ਕਿ ਆਪਣੀ ਚੀਜ਼ਾਂ ਚੁੱਜ਼ਾਂ ਹੀ ਰੱਖੀਆਂ ਇਸ ਥਾਂ 'ਤੇ, ਤਾਰ ਖੋਲ੍ਹੇ ਆ ਆਪਣੀ। ਹੈਲੋ ਹੋਰ ਕਿਆ ਸੈੱਟ, ਪਾਪਾ ਆਈ ਨਹੀਂ ਤਾਂ? ਹਾਂਜੀ ਕੜਾ ਬਣਾ ਰਹੇ ਹੋ? ਬਾਕੀ ਬਾਬੇ ਬਾਅਦ 'ਚ ਇੱਕ ਪਤੰਗ ਦਾ ਬਹੁਤ ਵਧੀਆ ਸਕੋਰ ਰਿਹਾ, ਇੱਕ ਉਡਾਇਆ ਤਾਂ ਉਹਦੇ ਨਾਲ 5-6 ਵੱਢ ਹੋ ਗਏ ਤੇ ਵਧੀਆ, ਬਟ ਉਹ ਵੀ ਵੱਢ ਹੋ ਗਿਆ ਖਿੱਚਵਾਂ ਵਾਸਤੇ, ਸਾਡੀ ਸਾਰ ਵਾਲੀ ਡੋਰ ਹੁੰਦੀ ਹੈ ਤਾਂ ਖਿੱਚਵਾਂ ਤਾਂ ਵੱਢੇ ਹੋਣਾ ਤਾਂ, ਪਰ ਉਹਦਾ ਵੀ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ। ਹੋਰ ਬਾਈ ਅਤੇ ਬਾਕੀ ਮੇਰੀ ਡੋਰ ਥੋੜ੍ਹੀ ਘਟੀ ਹੈ, ਉਹਦਾ ਵੀ ਕੋਈ ਚੱਕਰ ਨਹੀਂ, ਅਗਲੀ ਵਾਰ ਫਿਰ ਨਵੀਂ ਲਿਆਉਂਗੀ। ਕਿ ਦਿਲ ਤਾਂ ਕਰ ਰਿਹਾ ਉਡਾ ਲਵਾਂ ਪਰ ਹਿੰਮਤ ਨਹੀਂ ਹੈਗੀ, ਇੱਕ ਤਾਂ ਇਕੱਲਾ ਜਿਹਾ ਹੋ ਗਿਆ, ਡੋਰ ਵੀ ਇੰਨੀ ਉੱਪਰ ਹੇਠਾਂ ਹੀ ਹੋਈ ਵੀ ਉਹ ਹੈ, ਫਿਰ ਤਲਾਵਾਂ ਪਾਉਣ ਬੈਠੋ, ਫਿਰ ਬਣਾਓ ਵਧਾਓ, ਕਿਆ ਕਰੀਏ ਯਾਰ। ਸਵੇਰ ਦੇ ਨਿਕਲੇ ਹੋਏ ਤੇ 12 ਵਜੇ ਦੇ, 12:30 ਵਜੇ, ਹਾਂ 12 ਵਜੇ ਸਵਾਲ ਚਲੀ ਗਿਆ ਤਾਂ ਮੈਂ, 4:30 ਹੋ ਗਏ ਹੁਣ। ਬਾਕੀ ਹੁਣ ਕੋਠੇ ਪਰ ਆ ਕੇ ਬੈਠੇ ਆਪਾਂ, ਥੋੜ੍ਹੀ ਦੇਰ ਮਾੜਾ ਜਿਹਾ ਸੈੱਟ ਜਿਹਾ ਹੋ ਗਿਆ ਸੀ, ਕਿਉਂਕਿ ਖੜ੍ਹੇ ਰਹੇ ਨਾ ਜ਼ਿਆਦਾ ਦੇਰ ਉਹਦੇ, ਮੈਂ ਤਾਂ ਇੱਕ ਅੱਧਾ ਹੀ ਉਡਾਇਆ ਤਾਂ, 2 ਵੱਡੇ ਆ ਇਸੇ ਉੜਿਆ ਬਾਈ ਉਹ ਉਡਾਇਆ ਤਾਂ, ਬਟ ਦੁੱਧ ਨਾਲ 2 ਵਧੀਆ ਵੱਢ ਹੋ ਗਏ ਤੇ ਹਾਲੇ ਵੀ ਅੱਜ ਐਤਕੀ ਥੋੜ੍ਹਾ ਜਿਹਾ ਵਧੀਆ ਉੱਡ ਰਹੇ ਆ,
ਬਾਕੀ ਪਿਛਲੇ ਜਿੰਨੇ ਵੀ ਸਾਲ ਤੇ ਨਾ, ਪਰ ਅੱਜ ਹਵਾ ਥੋੜ੍ਹੀ ਗੰਦੀ ਚੱਲ ਰਹੀ ਹੈ, ਜਿੱਦਾਂ ਨੂੰ ਲੈ ਕੇ ਜਾਣਾ ਉੱਧਰ ਨੂੰ ਪਤਾ ਕਿ ਛੇਤੀ ਛੇਤੀ ਜਾ ਨਹੀਂ ਰਿਹਾ। ਬਾਕੀ ਤਾਂ ਹੋਰ ਕੋਈ ਗੱਲ ਨਹੀਂ ਹੈ, ਮੇਰਾ ਦਿਲ ਹਾਲੇ ਵੀ ਕਰ ਰਿਹਾ ਬੁਡਾਲਵਾ, ਬਟ ਮੇਰਾ ਹਿੰਮਤ ਨਹੀਂ ਹੈ, ਦਿਲ ਕਰ ਰਿਹਾ ਪਰ ਸਰੀਰ ਹਿੰਮਤ ਨਹੀਂ ਦੇ ਰਿਹਾ। ਬਾਕੀ ਯਾਰ ਅੱਜ ਦਾ ਦਿਨ ਉਮੀਦ ਨਾਲ ਜ਼ਿਆਦਾ ਹੀ ਵਧੀਆ ਨਿਕਲਿਆ ਹੈ। ਪਤੰਗ ਉਡਾਏ, ਵਧਾਏ, ਡੋਰਾਂ ਪਰ ਪਤੰਗ ਛੱਡੇ, ਹੱਥਾਂ ਵਿੱਚੋਂ ਟੁੱਟੇ, ਫਨ ਤਾਂ ਜੋ ਵੀ ਹੈ ਤਾਂ ਉਹ ਗਿਆ, ਆ ਇੱਕ ਹੋਰ ਗਿਆ ਇੰਨੇ ਮਈ ਗੱਲ ਕਰਦੇ ਕਰਦੇ ਹੀ। ਬਾਕੀ ਯਾਰ ਮਾਤਾ ਨੇ ਬੁਲਾ ਲਿਆ, ਹੁਣ ਚਾਹ ਪੀਂਦੇ ਹੇਠਾਂ ਜਾ ਕੇ, ਆਰਾਮ ਆਰੂਮ ਕਰੀਏ ਅਤੇ ਵੀਡੀਓ ਦੀ ਸਮਾਪਤੀ ਉਰੇ ਕਰਦੇ ਆ। ਅਤੇ ਜਿਵੇਂ ਮੈਂ ਹਮੇਸ਼ਾ ਕਹਿੰਦਾ ਕਿ ਮਿਹਨਤ ਮੇਰੀ ਰਹਿਮਤ ਉਸਦੀ ਹੈ, ਆਪਾਂ ਮਿਹਨਤ ਕਰਦੇ ਰਹੋਗੇ ਰੱਬ ਜ਼ਿਆਦਾ ਫਲ ਦੇਣਾ ਹੋਊਗਾ ਦਊਂਗਾ। ਪਰ ਤੁਸੀਂ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਣਾ, ਅਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਆ ਚੰਗਾ ਲੱਗਿਆ ਕਿਆ ਬੁਰਾ ਲੱਗਿਆ। ਅਤੇ ਉਮੀਦ ਕਰਦਾ ਚੰਗਾ ਹੀ ਲੱਗਿਆ ਹੋਊਗਾ ਜੇ ਤੁਸੀਂ ਹਜੇ ਤੱਕ ਵੀਡੀਓ ਦੇਖੀ ਹੈ। ਅਤੇ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਣਾ, ਅਤੇ ਮਿਲਾਂਗੇ ਹੋਰ ਕਿਸੇ ਨਵੀਂ ਵੀਡੀਓ 'ਚ। ਤਦ ਤੱਕ ਲਈ ਟਾਟਾ, ਗੁੱਡ ਬਾਏ, ਸੀ ਯੂ, ਬਾਏ ਬਾਏ। ਧਿਆਨ ਰੱਖੋ ਆਪਣਾ ਬਾਈ ਸਾਰੇ। ਮੰਮੀ ਅਗਲੀ ਵਾਰੀ ਦੇਖੀ ਦੋ ਲੈ ਕੇ ਆਣੇ, ਸਾਰੇ ਖੁਸ਼ ਹੋ ਗਏ ਤੇ ਇੰਨੀ ਵਧੀਆ ਡੋਰ 'ਚ।